ਅੱਜ ਆਪਾਂ ਗੱਲ ਕਰਦੇ ਹਾਂ ਬਰਨਾਲਾ ਸ਼ਹਿਰ ਬਰਨਾਲਾ ਸ਼ਹਿਰ ਦੇ ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਰਾਈਟ ਹੈਂਡ ਮੰਨੇ ਜਾਣ ਵਾਲੇ ਸਰਦਾਰ ਗੁਰਜੀਤ ਸਿੰਘ ਔਲਖ ਦੀ ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਸਰਦਾਰ ਗੁਰਜੀਤ ਸਿੰਘ ਔਲਖ ਵੱਲੋਂ ਕਿਹਾ ਗਿਆ ਕਿ ਅਸੀਂ ਬਰਨਾਲਾ ਸ਼ਹਿਰ ਦੇ ਕਾਫੀ ਵਿਕਾਸ ਕੀਤੇ ਹਨ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਸ਼ਹਿਰ ਲਈ ਬਹੁਤ ਸਾਰੀਆਂ ਗ੍ਰਾਂਟਾਂ ਲਿਆਂਦੀਆਂ ਗਈਆਂ ਜਿਨ੍ਹਾਂ ਨੂੰ ਮੈਂ ਸਹੀ ਢੰਗ ਨਾਲ ਵਰਤ ਕੇ ਬਰਨਾਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਹਰ ਥਾਂ ਤੇ ਸਟਰੀਟ ਲਾਈਟਾਂ ਸੜਕਾਂ ਗਲੀਆਂ ਸੀਵਰੇਜ ਪਾਈਪ ਅਤੇ ਹੋਰ ਬਹੁਤ ਕੁਝ ਜੋ ਅਸੀਂ ਬਰਨਾਲਾ ਸ਼ਹਿਰ ਵਿੱਚ ਕੀਤਾ ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਬਹੁਤ ਵੱਡਾ ਸੁਪਨਾ ਰਿਹਾ ਸੀ ਕਿ ਅਸੀਂ ਬਰਨਾਲਾ ਸ਼ਹਿਰ ਨੂੰ 10 ਮਾਡਲ ਜ਼ਿਲ੍ਹੇ ਵਿੱਚ ਲਿਆਈਏ ਇੱਥੋਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਗੁਰਜੀਤ ਸਿੰਘ ਔਲਖ ਵੱਲੋਂ ਕਿਹਾ ਗਿਆ ਕਿ ਜੇਕਰ ਸਰਦਾਰ ਕੇਵਲ ਸਿੰਘ ਢਿੱਲੋਂ ਫਿਰ ਸੱਤਾ ਵਿੱਚ ਆਉਣਗੇ ਤਾਂ ਪਹਿਲ ਆਧਾਰ ਤੇ ਉਹਨਾਂ ਦਾ ਕੰਮ ਬਰਨਾਲਾ ਦਾ ਰਹਿੰਦਾ ਵਿਕਾਸ ਹੋਵੇਗਾ ਢਿੱਲੋਂ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਕੰਮ ਪ੍ਰੋਪਰ ਤੇ ਸਹੀ ਟਾਈਮ ਤੇ ਹੋਣੇ ਚਾਹੀਦੇ ਹਨ ਗੁਰਜੀਤ ਸਿੰਘ ਔਲਖ ਵੱਲੋਂ ਕਿਹਾ ਗਿਆ ਕਿ ਲਗਭਗ 85% ਕੰਮ ਹੋ ਚੁੱਕੇ ਹਨ ਬਾਕੀ ਜੋ ਥੋੜੇ ਬਹੁਤੇ ਕੰਮ ਰਹਿੰਦੇ ਹਨ ਬਰਨਾਲਾ ਸ਼ਹਿਰ ਦੇ ਉਹ ਵੀ ਜਲਦੀ ਤੋਂ ਜਲਦੀ ਹੋ ਜਾਣਗੇ ਜਿਹੜਾ ਇਹ ਲੋਨ ਦਾ ਕੰਮ ਆ ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ ਦੋ ਪਹੀਆ ਵਾਹਨ ਟੂ ਵੀਲਰ ਕਰਦੇ ਆ ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ਾ ਆਪਾਂ ਦਿੰਨੇ ਤੁਸੀਂ ਕਾਂਗਰਸ ਪਾਰਟੀ ਦੇ ਇੱਕ ਮੇਨ ਆਗੂ ਕਿਨੇ ਜਾਣੇ ਹੋਗੇ ਤੇ ਇਸ ਟਾਈਮ ਮੌਜੂਦਾ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਵੀ ਨੇ ਤੁਹਾਡੇ ਵੱਲੋਂ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਦੇ ਨਾਲ ਨਾਲ ਕਿਹੜੇ ਕੰਮ ਸ਼ੁਰੂ ਕਰਵਾਏ ਗਏ ਨੇ ਦੇਖੋ ਜੀ ਬਾਜ਼ਾਰ ਜ਼ਿਆਦਾ ਕੋਈ 80-85% ਕੰਮ ਹੋ ਚੁੱਕੇ ਨੇ ਜਿਹੜੇ ਕੋਈ ਰਹਿੰਦੇ ਉਹ ਹੋ ਹੀ ਜਾਂਦੇ ਨੇ ਜੀ ਕੋਈ ਜਿਵੇਂ ਆਊਟਰ ਏਰੀਏ ਨੇ ਉਹਦੇ ਕੰਮ ਰਹਿੰਦੇ ਨੇ ਉਹ ਹੋ ਜਾਣਗੇ ਗ੍ਰਾਂਟਾਂ ਪਈਆਂ ਸਾਡੇ ਕੋਲ ਜਾਂ ਕੋਈ ਸੀਵਰੇਜ ਬੋਰਡ ਦਾ ਕੰਮ ਸਾਡਾ ਹੁਣ ਚੱਲ ਰਿਹਾ ਸੀ ਉਹਦਾ 2,54,00,000 ਦਾ ਹੁਣ ਅਸੀਂ 4-5 ਦਿਨ ਪਹਿਲਾਂ ਉਦਘਾਟਨ ਕੀਤਾ ਹੈਗਾ ਜਿਵੇਂ ਗੁਰਸੇਵਕ ਨਗਰ ਆ ਸੰਤ ਨਗਰ ਆ ਜਿਵੇਂ ਹੋਰ ਵੀ ਕੋਈ ਹੈਗਾ ਉਹ ਸਾਰੇ ਕੰਮ ਇਲੈਕਸ਼ਨ ਹੁਣੇ ਹੋ ਜਾਣੇ ਨੇ 15-20 ਦਿਨਾਂ 'ਚ ਸਾਰੇ ਕੰਮ ਸੀਵਰਾਜ ਜਾਂ ਕੋਈ ਹੋਰ ਵੀ ਇੰਟਰਲੋਕ ਵੀ ਲੱਗੀ ਜਾਂਦੀ ਆ 31 ਦੇ ਵਾਰਡਾਂ 'ਚ ਕੋਈ ਵਾਰਡ ਨਹੀਂ ਇਹੋ ਜਿਹਾ ਵੀ ਜਿੱਥੇ ਕੰਮ ਹੋਇਆ ਨਹੀਂ ਜਾਂ ਕੰਮ ਚੱਲਦਾ ਨੀਗਾ ਸਾਰੇ ਕੰਮ ਚੱਲਦਾ ਗਾ ਕੋਈ ਇਹੋ ਜਿਹਾ ਹੈ ਹੀ ਨੀਗਾ ਵਾਰਡ ਢਿੱਲੋਂ ਸਾਹਿਬ ਦਾ ਸੁਪਨਾ ਵੀ ਸੀ ਕਿ ਹਰ ਵਾਰਡ ਦੇ ਵਿੱਚ ਸੀਵਰੇਜ ਹੋਣਾ ਚਾਹੀਦਾ ਹੈ ਹਰ ਵਾਰਡ ਦੇ ਵਿੱਚ ਲਾਈਟਿੰਗ ਹੋਣੀ ਚਾਹੀਦੀ ਹੈ ਹਰ ਵਾਰਡ ਦੇ ਵਿੱਚ ਵਾਟਰ ਸਪਲਾਈ ਹੋਣੀ ਚਾਹੀਦੀ ਹੈ ਇਹ ਸੁਪਨਾ ਪੂਰਾ ਕਦੋਂ ਤੱਕ ਹੋਣ ਦੀ ਆਸ ਹੈ ਦੇਖੋ ਜਿਹੜੇ ਇਲੈਕਟਾਂ ਨੇ ਜੀ ਜਿੰਨੀਆਂ ਇਲੈਕਟਾਂ ਸਾਡੀਆਂ ਪਹਿਲਾਂ ਲੱਗੀਆਂ ਸੀਗੀਆਂ ਇੱਕ ਦਿਨ ਹੋਣ ਦੀ ਗੱਲ ਆ ਢਿੱਲੋਂ ਸਾਹਿਬ ਆਪ ਨਾ ਕਿਤੇ ਉੱਧਰੋਂ ਰਾਤ ਨੂੰ ਆਈਏ ਅਸੀਂ ਜਿਹੜੇ SGU ਕਾਲਜ ਵਾਲਾ ਪੁਲ ਤੇ ਖੜ ਕੇ ਸਾਰਾ ਸ਼ਹਿਰ ਜਗਮਲ ਕਰੇ ਅਤੇ ਲਾਈਟ ਤਾਂ ਕੋਈ ਰਹੀ ਨਹੀਂ ਹੋਣੀ ਜਿੱਥੇ ਕੋਈ ਰਹਿੰਦੇ ਕੋਈ ਐਟਰ ਏਰੀਏ 'ਚ ਰਹਿੰਦੇ ਕੋਈ ਮੈਨੂੰ ਲੱਗਦਾ 1-2 ਦਿਨਾਂ 'ਚ ਲੱਗ ਜਾਣਗੀਆਂ ਲਾਈਟ ਦਾ 5,000 ਲਾਈਟ ਢਿੱਲੋਂ ਸਾਹਿਬ ਨੇ ਮੰਗਾ ਕੇ ਦਿੱਤੀ ਆ ਅਤੇ ਉਹ ਲਾਈ ਜਾਂਦੇ ਹਾਂ ਅਸੀਂ ਜੋ ਢਿੱਲੋਂ ਸਾਹਿਬ ਕਹਿੰਦੇ ਨੇਗੇ ਉਹ ਅਸੀਂ ਕਰ ਰਹੇ ਹਾਂ ਉਹਨਾਂ ਦੇ ਸਖ਼ਤ ਹਦਾਇਤਾਂ ਨੇ ਵੀ ਮੈਨੂੰ ਕੋਈ ਗੱਲ ਸੁਣਨੀ ਨਾ ਪਵੇ ਸ਼ਹਿਰ ਦਾ ਕੋਈ ਆਊਟਰ ਏਰੀਏ ਦਾ ਜਾਂ ਸ਼ਹਿਰ ਦਾ ਤਾਂ ਵੈਸੇ ਪਹਿਲੀ ਵਾਰ ਤੁਹਾਨੂੰ ਦੱਸ ਚੁੱਕਿਆ ਵੀ 90-95% ਕੰਮ ਹੋ ਚੁੱਕਿਆ ਜੋ ਕੋਈ ਰਹਿੰਦਾ ਉਹ ਹੋ ਹੀ ਜਾਂਦਾ ਜਾਂ ਸੀਵਰ ਦਾ ਉਹ ਸਟਾਰਟ ਹੋ ਗਿਆ ਕੰਮ ਉਦਘਾਟਨ ਕਰਤਾ ਉਹਦਾ ਜਿੰਨਾ ਵੀ ਕੋਈ ਗਲੀ ਕੋਈ ਰਹਿੰਦੀ ਆ ਬਣਨ ਵਾਲੀ ਉਹ ਅਸੀਂ 15 ਦਿਨਾਂ 'ਚ ਕੰਪਲੀਟ ਕਰਾ ਦਾਂਗੇ ਰਵਾਇਤੀ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਉੱਪਰ ਕਈ ਤਰ੍ਹਾਂ ਦੇ ਐਲੀਗੇਸ਼ਨ ਵੀ ਲਗਾਏ ਗਏ ਨੇ ਉਹਦੇ ਉੱਪਰ ਕੀ ਕਹੋਗੇ ਉਹ ਐਵੇਂ ਨੇ ਉਹ ਤਾਂ ਗੱਲਾਂ ਨੇ ਕੂੜ ਪ੍ਰਚਾਰ ਕਰੀ ਜਾਂਦੇ ਨੇ ਦੇਖੋ ਕਾਂਗਰਸ ਪਾਰਟੀ ਪਹਿਲਾਂ ਵੀ ਕਾਂਗਰਸ ਪਾਰਟੀ ਆ ਜਿਹੜੀ ਆਊਗੀ 2022 'ਚ ਇਹ ਵੀ ਕਾਂਗਰਸ ਪਾਰਟੀ ਆਊਗੀ ਕੱਲ੍ਹ ਪਰਸੋਂ ਚੰਨੀ ਜੀ ਦਾ ਬਿਆਨ ਆਇਆ ਕਿ ਟਰੱਕ ਯੂਨੀਅਨ ਨੂੰ ਬਹਾਲ ਕੀਤਾ ਗਿਆ ਜੋ ਕੈਪਟਨ ਸਾਹਿਬ ਵੱਲੋਂ ਰੱਦ ਕੀਤੀਆਂ ਗਈਆਂ ਸੀ ਅਤੇ ਉਸ ਤੋਂ ਬਾਅਦ ਅਸੀਂ ਕੱਲ੍ਹ ਕਵਰਿੰਗ ਕੀਤੀ ਟਰੱਕ ਯੂਨੀਅਨ ਵਾਲਿਆਂ ਦੀ ਉਹ ਬਹੁਤ ਖੁਸ਼ ਨੇ ਅਤੇ ਉਹ ਕਹਿ ਰਹੇ ਨੇ ਕਿ ਅਸੀਂ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਦੇਵਾਂਗੇ ਕਿ ਪਿਛਲੀ ਵਾਰ ਜੋ ਕਾਂਗਰਸ ਪਾਰਟੀ ਆਈ ਸੀ ਉਸ ਟਾਈਮ ਟਰੱਕ ਯੂਨੀਅਨ ਦਾ ਕੀ ਰੋਲ ਰਿਹਾ ਸੀ ਦੇਖੋ ਪਹਿਲਾਂ ਹੋ ਗਿਆ ਇਹਨਾਂ ਨੇ ਕਰਿਆ ਸੀ ਹੁਣ ਇਹੀ ਚੰਨੀ ਸਾਹਿਬ ਨੇ ਟਰੱਕ ਯੂਨੀਅਨ ਬਹਾਲ ਕਰਤੀ ਹੈ ਕੱਲ੍ਹ ਢਿੱਲੋਂ ਸਾਹਿਬ ਕੋਲ 150 ਬੰਦਾ ਆ ਕੇ ਟਰੱਕ ਯੂਨੀਅਨ ਦਾ ਲੱਡੂ ਵੰਡ ਕੇ ਗਿਆ ਗਾ ਖੁਸ਼ ਨੇ ਉਹ ਹੁਣ ਵੀ ਕੱਲ੍ਹ ਵੀ ਕਹਿੰਦੇ ਸੀਗੇ ਵੀ ਸਾਰੀ ਟਰੱਕ ਯੂਨੀਅਨ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਅਸੀਂ ਫੰਕਸ਼ਨ ਵੀ ਰੱਖਾਂਗੇ ਬਹੁਤ ਵੱਡਾ ਟਰੱਕ ਯੂਨੀਅਨ ਬੰਨਿਓ 1-2 ਦਿਨਾਂ 'ਚ ਢਿੱਲੋਂ ਸਾਹਿਬ ਦਾ ਫੰਕਸ਼ਨ ਰੱਖ ਰਹੇ ਨੇਗੇ ਵੀ ਸਾਡੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ 2 ਦਿਨ ਪਹਿਲਾਂ ਢਿੱਲੋਂ ਸਾਹਿਬ ਰਾਤ ਨੂੰ ਚੰਨੀ ਸਾਹਿਬ ਕੋਲ ਗਏ ਔਰ ਇਹਨੇ ਕਿਹਾ ਵੀ ਅੱਜ ਇਮੀਲੀਜੇਟਲੀ ਹੁਣੀ ਇਹਦੇ ਸਾਈਨ ਕਰਾਓ ਵੀ ਟਰੱਕ ਯੂਨੀਅਨ ਬਹਾਲ ਹੋਣ 6 ਤਰੀਕ ਨੂੰ ਸਿੱਧੂ ਸਾਹਿਬ ਜੀ ਆਏ ਅਤੇ ਉਹਨਾਂ ਨੇ ਢਿੱਲੋਂ ਸਾਹਿਬ ਜੀ ਦਾ ਸਮਰਥਨ ਕੀਤਾ ਅਤੇ ਕਿੰਨਾ ਕੁ ਇਕੱਠ ਸੀ ਉਹਦੇ ਵਿੱਚ ਦੇਖੋ ਜੀ ਉੱਥੇ 20-30 ਹਜ਼ਾਰ ਬੰਦਾ ਸਾਡਾ ਇਕੱਠ ਸੀਗਾ ਅਤੇ ਉਹ ਤਾਂ ਸਿੱਧਾ ਸਾਫ ਲਫ਼ਜ਼ਾਂ 'ਚ ਕਹੀ ਗਏ ਸੰਗਤ ਨੂੰ ਵੋਟਰਾਂ ਨੂੰ ਕਾਂਗਰਸ ਵਰਕਰਾਂ ਨੂੰ ਵੀ ਤੁਸੀਂ ਇੱਕ ਵਾਰੀ MLA ਬਣਾ ਦਿਓ ਅਤੇ ਫੀਸਟੀਆਂ ਤਾਂ ਅਸੀਂ ਲਾਉਣੀਆਂ ਉਸ ਅਸੀਂ ਲਾ ਹੀ ਦੇਵਾਂਗੇ ਉਹਦਾ ਸਿੱਧਾ ਕਹੀ ਗਏ 30 ਹਜ਼ਾਰ ਬੰਦੇ ਦੇ ਇਕੱਠ ਦੇ ਵਿੱਚ ਆਪ ਖੁਦ ਕਹਿ ਕੇ ਗਏ ਨੇ ਉਹ ਤਾਂ ਕੋਈ ਸ਼ੱਕ ਹੀ ਨਹੀਂ ਉਹ 'ਚ ਤਾਂ ਢਿੱਲੋਂ ਸਾਹਿਬ ਦੇ ਸੱਤਾ ਜੀ ਤੋਂ ਆਉਣ ਤੋਂ ਬਾਅਦ ਪਹਿਲਦਾਰ 'ਤੇ ਕੀ ਮੋਟਿਵ ਰਹਿਣਗੇ ਹੁਣ ਨਹੀਂ ਉਹ ਤਾਂ ਜਿਵੇਂ ਪਾਰਟੀ ਦੇ ਹੈਗੇ ਰਹਿਣਗੇ ਤਾਂ ਚੰਗੇ ਰਹਿਣਗੇ ਮਾੜੇ ਕਿਉਂ ਰਹਿਣਗੇ ਮਹਾਰਾਜ ਕਿਰਪਾ ਚੜ੍ਹਦੀ ਕਲਾ ਰੱਖੂਗੀ ਜਿਵੇਂ ਪਹਿਲਾਂ ਚੜ੍ਹਦੀ ਕਲਾ ਰੱਖੀ ਆ ਹੁਣ ਵੀ ਮਹਾਰਾਜ ਚੜ੍ਹਦੀ ਕਲਾ ਹੀ ਰੱਖੂਗੀ।